ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਭਾਰਤ ਤੋਂ ਜਿੱਥੇ ਰੱਖ ਦੀ ਸਿਕਿਉਰਟੀ ਲਈ 24 ਘੰਟੇ ਤੰਾਇਤ ਰਹਿੰਦੀ ਹੈ ਪੁਲਿਸ ਇੱਕ ਪੱਤਾ ਸੁੱਕਣ ਤੇ ਪੈ ਜਾਂਦੀਆਂ ਨੇ ਭਾਜੜਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੂਪਾਰਤ ਤੋਂ ਖਬਰ ਜਿੱਥੇ ਇੱਕ ਰੋਖ ਦੀ ਸਿਕਿਉਰਿਟੀ ਵਿੱਚ 24 ਘੰਟੇ ਪੁਲਿਸ ਤਾਇਨਾਤ ਰਹਿੰਦੀ ਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਖਬਰ ਮੱਧ ਪ੍ਰਦੇਸ਼ ਸੂਬੇ ਦੇ ਪੋਪਾਲ ਤੋਂ ਸਾਹਮਣੇ ਆਈ ਹੈ ਜਿੱਥੇ ਪੋਪਾਲ ਅਤੇ ਵਿਦਵਾਨ ਦੇ ਵਿਚਾਰ ਇੱਕ ਪਿੱਪਲ ਦਾ ਰੁੱਖ ਸਥਿਤ ਹੈ ਜੋ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਕਸ਼ਪੇ ਦੇ ਵੱਲੋਂ 12 ਸਤੰਬਰ 2012 ਨੂੰ ਲਾਇਆ ਗਿਆ ਸੀ ਪਿੱਪਲ ਦੀ ਪੀਪਲ ਦਾ ਇਹ ਰੁੱਖ ਰਾਏ ਸੇਨ ਜ਼ਿਲ੍ਹੇ ਦੇ ਸਲਾਮਤਪੁਰ ਪਹਾੜਾਂ ਤੋਂ ਉੱਤੋਂ ਲਾਇਆ ਗਿਆ ਸੀ ਤਸਵੀਰ ਦੋਸਤੋ ਤੁਸੀਂ ਪੀਪਲ ਦੇ ਰੁੱਖ ਦੀ ਦੇਖ ਸਕਦੇ ਹੋ ਜਿਸ ਸਮੇਂ ਇਸ ਜਗ੍ਹਾ ਤੋਂ ਉਹਨਾਂ ਵੱਲੋਂ ਇਹ ਪੀਪਲ ਦਾ ਰੁੱਖ ਲਾਇਆ ਗਿਆ ਉਸ ਸਮੇਂ ਉਹ ਬੋਧ ਯੂਨੀਵਰਸਿਟੀ ਦਾ ਨੀਂ ਪੱਥਰ ਰੱਖਣ ਲਈ ਆਏ ਸਨ ਜਿੱਥੇ ਗਾਇਆ ਦੇ ਵਿੱਚ ਬੁੱਧ ਧਰਮ ਕਾਰਨ ਸਮਾਰਟ ਅਸ਼ੋਕ శ్రీਲੰਕਾ ਗਏ ਸਨ ਉਸ ਪੀਪਲ ਦੀ ਇੱਕ ਟਾਲੀ ਲੈ ਕੇ ਗਏ ਸਨ ਜਿਸ ਦੇ ਹੇਠਾਂ ਬੈਠ ਕੇ ਮਹਾਤਮਾ ਬੋਧ ਵੱਲੋਂ ਧਾਨ ਲਈ ਧਿਆਨ ਲਾਇਆ ਗਿਆ ਸੀ। ਬਾਗਬਾਨੀ ਵਿਭਾਗ ਦੇ ਵੱਲੋਂ ਸੁਰੱਖਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤੇ ਸਮੇਂ-ਸਮੇਂ ਤੇ ਇਸ ਦੀ ਮਿੱਟੀ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਸ ਰੋਗ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਹੋ ਸਕੇ। ਤਸਵੀਰਾਂ ਦੇ ਵਿੱਚ ਤੁਸੀਂ ਪੁਲਿਸ ਮੁਲਾਜ਼ਮਾਂ ਨੂੰ ਵੀ ਉਸ ਸੁਰੱਖ ਦੇ ਨੇੜੇ ਦੇਖ ਸਕਦੇ ਹੋ। ਬਾਗਬਾਨੀ ਵਿਭਾਗ ਦੇ ਡਾਕਟਰਾਂ ਵੱਲੋਂ 15 ਦਿਨਾਂ ਬਾਅਦ ਇਸ ਸੁਰੱਖ ਦੀ ਜਾਂਚ ਕੀਤੀ ਜਾਂਦੀ ਹੈ ਪ੍ਰਸ਼ਾਸਨ ਉਸ ਸਮੇਂ ਚੌਕਸ ਹੋ ਜਾਂਦਾ ਜਦੋਂ ਦਰਖਤ ਦਾ ਕੋਈ ਵੀ ਪੱਤਾ ਸੁੱਕਦਾ ਹੈ ਕੋਈ ਵੀ ਇਸ ਦੇ ਨਜ਼ਦੀਕ ਨਹੀਂ ਜਾ ਸਕਦਾ ਕਿਉਂਕਿ ਇਸ ਦੀ ਸੁਰੱਖਿਆ ਵਾਸਤੇ ਕੰਡਿਆਲੀ ਤਾਰ ਲਾਈ ਗਈ ਹੈ ਤੇ ਇਸ ਤੋਂ ਇਲਾਵਾ 15-15 ਫੁੱਟ ਉੱਚੀ ਜਾਲੀ ਵੀ ਲਾਈ ਗਈ ਹੈ ਇੱਕ ਵੀਆਈਪੀ ਦੀ ਤਰ੍ਹਾਂ ਸਰੋ ਇਸ ਦੀ ਰੱਖ-ਰਖਾਅ ਦੇ ਲਈ ਬੋਧੀਆਂ ਦੇ ਲਈ ਸ਼ਰਧਾ ਦਾ ਇੱਕ ਕੇਂਦਰ ਹੈ ਤੇ ਬੋਧ ਧਰਮ ਦੇ ਵਜੋਂ ਇਸ ਨੂੰ ਇੱਕ ਵੱਡੀ ਮਾਨਤਾ ਪ੍ਰਾਪਤ ਹੈ